ਹੋ ਜੀ ਆਇਆ ਆ ਆਖਾਂ ਸਭ ਦੋਸਤਾਂ ਨੂੰ ਭਾਗਾਂ ਨਾਲ ਨੇ ਹੁੰਦੇ دیدار ਤੁਹਾਡੇ ਅਸਤ੍ਰੀ ਕਾਲ ਜੀ ਸਾਰਿਆਂ ਨੂੰ ਵੀ ਅੱਜ ਨਾ ਇੰਟਰਵਿਊ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਕਿਸੇ ਜਾਣ ਪਹਿਚਾਣ ਦੇ ਮਹਤਾਜ ਬੰਦੇ ਤਾਂ ਅੱਜ ਸਾਡੇ ਨਾਲ ਹੈ ਨਹੀਂਗੇ ਕਹ ਲੋ ਕਿ ਪੂਰਾ ਇਲਾਕਾ ਪੂਰਾ ਏਰੀਆ ਕਲੋਕੇ ਪੰਜਾਬ ਤੇ ਇੰਟਰਨੈਸ਼ਨਲ ਲੈਵਲ ਤੱਕ ਵੀ ਇਹਨਾਂ ਦੀ ਜਾਣ ਪਛਾਣ ਹੈਗੀ ਆ ਸਾਡੇ ਨਾਲ ਨੇ ਅੱਜ ਪਾਠਕਪਰਾ ਪਾਠਕ ਬ੍ਰਦਰਜ਼ ਤੇ ਬਾਈ ਜੀ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾ ਜਦੋਂ ਨਾਲ ਅਸਲ ਤੇ ਵਿੱਚ ਨਾ ਕਵਿਸ਼ਰਾਂ ਦੇ ਨਾਲ ਗੱਲਬਾਤ ਆਉਂਦੀ ਆ ਜਾਂ ਕਵੀਆਂ ਸਹਿਤਕਾਰਾਂ ਨਾਲ ਗੱਲ ਕਰਦੇ ਆ ਸਾਡਾ ਨਾ ਉਹੀ ਰੂਹ ਜੀ ਖੜ ਜਾਂਦੀ ਆ ਯਾਰ ਬੰਦੇ ਨਾ ਇਹਨਾਂ ਦੀ ਸਮਾਜ ਨੂੰ ਦੇਣ ਬਹੁਤ ਹੁੰਦੀ ਆ ਬਈ ਕਿਤਾਬਾਂ ਦੇ ਰਾਹੀਂ ਆਪਣੇ ਲਫ਼ਜ਼ਾਂ ਦੇ ਰਾਹੀਂ ਬਿਲਕੁਲ ਜੀ ਤੇ ਜਦੋਂ ਕਿਉਂਕਿ ਸ਼ਾਇਰ ਕਿਉਂਕਿ ਆਪਾਂ ਸਿੱਖ ਧਰਮ ਨਾਲ ਵੀ ਸੰਬੰਧ ਰੱਖਦੇ ਆ ਜਦੋਂ ਸ਼ਾਇਰੀ ਦੀ ਗੱਲ ਆਉਂਦੀ ਆ ਤਾਂ ਗੁਰੂ ਨਾਨਕ ਸਾਹਿਬ ਵੱਡਾ ਤੋਂ ਵੱਡਾ ਕੋ ਸ਼ਾਇਰ ਹੋਇਆ ਨਹੀਂ ਹੈ ਨਾ ਤਾਂ ਸਾਡੇ ਖੂਨ ਚ ਕਿਤੇ ਉਹ ਚੀਜ਼ਾਂ ਚੱਲੀਆਂ ਆਉਂਦੀਆਂ ਤੇ ਬਾਈ ਜੀ ਫਿਰ ਤੁਸੀਂ ਕਿਵੇਂ ਸ਼ੁਰੂ ਕੀਤਾ ਉਹ ਵੀ ਤਿੰਨਾਂ ਭਰਾ ਕਵਿਸ਼ਣ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਸਾਡੇ ਵੀਰ ਹਰਪੇਜ ਸਿੱਧੂ ਜੀ ਜਿਨ੍ਹਾਂ ਦੀ ਸਮੁੱਚੀ ਟੀਮ ਅੱਜ ਸਾਡੇ ਕੋਲ ਪਹੁੰਚੀ ਆ ਅਸੀਂ ਉਹਨਾਂ ਨੂੰ ਇੱਥੇ ਜਿਉਂ ਆਇਆ ਆਖਦੇ ਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਿਮਾਣਿਆਂ ਨੂੰ ਇਨਾ ਮਾਣ ਬਖਸ਼ਿਆ ਤੇ ਦੂਸਰਾ ਸਾਡੇ ਵੀਰ ਸੰਦੀਪ ਧੌਲਾ ਜੀ ਜਿਨ੍ਹਾਂ ਦੀ ਬਦੌਲਤ ਆ ਇਹ ਜਿਹੜਾ ਸੁਭਾਗਿਆ ਪ੍ਰਾਪਤ ਹੋਇਆ ਸਾਨੂੰ ਇਹਦੇ ਲਈ ਅਸੀਂ ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਸੰਦੀਪ ਤੌੜਾ ਜੀ ਦਾ ਜਿੱਥੇ ਤੁਸੀਂ ਗੱਲ ਕਰੀਆ ਵੀ ਇਹ ਸੁਭਾਗ ਕਿਵੇਂ ਪ੍ਰਾਪਤ ਹੋਇਆ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਗੋਡ ਗਿਫਟ ਹੁੰਦੀਆਂ ਨੇ ਪਰ ਕੁਝ ਕੁ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਡੇ ਪੁਰਾਣੇ ਬਜ਼ੁਰਗਾਂ ਨਾਲ ਜੁੜੀਆਂ ਹੁੰਦੀਆਂ ਨੇ ਜਿਵੇਂ ਅਸੀਂ ਕਹਿ ਲਈਏ ਤਾਂ ਇਹ ਕੁਵਿਸਰੀ ਸਾਨੂੰ ਸਾਡੇ ਘਰ ਦੇ ਵਿੱਚੋਂ ਸਾਡੇ ਦਾਦਾ ਜੀ ਪੰਡਿਤ ਭਗਤ RAM ਜੀ ਜੋ ਕੁਵਿਸਰ ਰਹੇ ਨੇ ਉਹਨਾਂ ਦੁਆਰਾ ਇਹ ਗੁਰਤੀ ਦਿੱਤੀ ਗਈ ਆ ਕਿਉਂਕਿ ਉਹਨਾਂ ਦੀ ਇੱਕ ਇੱਛਾ ਸੀ ਕਿ ਅਸੀਂ ਤਿੰਨੋਂ ਭਰਾ ਇੱਕ ਸਟੇਜ ਤੇ ਗਾਉਂਦੇ ਹੋਈਏ ਤੇ ਉਹ ਸਾਹਮਣੇ ਬੈਠੇ ਹੋਣ ਉਹਨਾਂ ਦੀ ਉਹ ਇੱਛਾ ਪੂਰੀ ਕਰ ਲਈ ਅਸੀਂ ਕਿਵਸਰ ਬਣੇ ਉਹਨਾਂ ਨੇ ਬੜੇ ਇਤਿਹਾਸ ਸਾਨੂੰ ਜਵਾਨੀ ਸੁناਏ ਉਹਨਾਂ ਨੇ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੇ ਸੁਨਾਈਆਂ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਕੇ ਉਹ ਦਾਦਾ ਜੀ ਦਾ ਜਿਹੜਾ ਸੁਪਨਾ ਸੀ ਉਹਨੂੰ ਪੂਰਾ ਕਰਨ ਦਾ ਇੱਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਹੌਲੀ-ਹੌਲੀ ਚੱਲਦੇ ਗਏ ਤੇ ਅੱਗੇ ਸਫ਼ਰ ਆ ਜਿਹੜਾ ਉਹ ਇਸੇ ਤਰੀਕੇ ਚੱਲਦਾ ਗਿਆ ਦਰਸ਼ਕੋ ਇੱਥੇ ਮੈਂ ਇੱਕ ਤੁਹਾਨੂੰ ਵੱਡੀ ਗੱਲ ਦੱਸ ਦਿਆਂ ਵੀ ਤਿੰਨੇ ਤਾਂ ਸਕੇ ਭਰਾ ਹੈਗੇ ਹੈਗੇ ਆ ਤੇ ਤਿੰਨੇ ਹੀ ਮਾਸਟਰ ਆ ਟੀਚਰ ਆ ਨਾ ਕੋਈ ਪ੍ਰੋਫੈਸਰ ਨਹੀਂ ਪ੍ਰਾਪਤੀਆ ਤੇ ਤਿੰਨੇ ਹੀ ਲਿਖਦੇ ਆ ਮੈਂ ਤਾਂ ਐਂ ਕਹਿਣਾ ਵੀ ਜੇ ਕਿਤੇ ਕੋੜੜਾ ਬੈਂਤ ਹਨਾ ਹੋਰ ਜਿਹੜੇ ਸ਼ੰਦ ਹੈਗੇ ਨੇ ਕਿ ਤਿੰਨਾਂ ਨੂੰ ਆ ਕੇ ਕੇ ਫੜਾ ਦਈਏ ਤੇ ਨੇਹਰੀਆਂ ਲਿਆ ਦੇਣਗੇ ਹਨਾ ਕਲਾ ਖੂਨ ਚੀ ਆ ਗਈ ਬਾਈ ਤੁਹਾਡੇ ਹਨਾ ਤੇ ਬਹੁਤ ਵੱਡੀ ਗੱਲ ਆ ਬਾਈ ਇਹ ਤਾਂ ਕਈ ਵਾਰੀ ਹੁੰਦਾ ਸੀ ਲਿਖਣ ਵਾਲਾ ਕੰਮ ਤਾਂ ਪੈਨ ਚੈੱਕ ਅਦਾ ਬੰਦਾ ਮਸਾ ਹੁੰਦਾ ਸੀ ਤੁਹਾਡੇ ਤੇ ਕਿ ਲੋ ਕੇ ਬਰਕਤ ਹੀ ਮੰਨ ਲਗੇ ਹਨਾ ਤੇ ਬਾਈ ਜੀ ਫਿਰ ਤੁਸੀਂ ਸਾਰਾ ਸਿੱਖਿਆ ਕਰੋ ਹੀ ਸਿੱਖਿਆ ਜਾਂ ਬਾਹਰੋਂ ਵੀ ਕਿਤੇ ਹਾਂਜੀ ਅਸੀਂ ਮੈਂ ਜਿਵੇਂ ਦੱਸਿਆ ਪਹਿਲਾਂ ਸਾਡੇ ਦਾਦਾ ਜੀ ਨੇ ਆਪਦੀ ਬੁੱਕਲ ਦੇ ਨਿੱਗ ਦੇ ਵਿੱਚੋਂ ਸਾਨੂੰ ਸਿਖਾਇਆ ਜਦੋਂ ਕਣਕਾਂ ਅਸੀਂ ਉਥੇ ਖੇਤ ਬੋਹ ਲਾਉਂਦੇ ਹੁੰਦੇ ਉੱਥੇ ਅਸੀਂ ਜਦੋਂ ਉਹ ਰਾਤ ਨੂੰ ਪੈਂਦੇ ਸੀ ਉਹਨਾਂ ਕੋਲੇ ਪੈ ਜਾਂਦੇ ਤਾਂ ਉਹਨਾਂ ਨੇ ਉੱਥੇ ਗੋਦੀ 'ਚ ਬਿਠਾ ਕੇ ਸਾਨੂੰ ਇਹ ਸਾਰੀਆਂ ਕਿੱਸੇ ਸੁਣਾਏ ਹੋਰ ਕਹਾਣੀਆਂ ਸੁਣਾਈਆਂ ਫਿਰ ਹੌਲੀ-ਹੌਲੀ ਸਾਡਾ ਜਿਹੜਾ ਸਬੰਧ ਜੁੜਦਾ ਗਿਆ ਅਸੀਂ ਹਰੀ ਮਾਨ ਜੀ ਨਾਲ ਜੁੜੇ ਜੀ ਹਰੀ ਮਾਨ ਕੁਵਿਸਰ ਧਨੋਲੇ ਦੇ ਉਹਨਾਂ ਤੋਂ ਵੀ ਕਾਫੀ ਕੁਝ ਅਸੀਂ ਸਿੱਖਿਆ ਤੇ ਅੱਜ ਕੱਲ ਮੌਜੂਦਾ ਸਮੇਂ ਸਾਨੂੰ 15-20 ਸਾਲ ਹੋ ਗਏ ਅਸੀਂ ਮੌਜੂਦਾ ਸਮੇਂ ਦਰਸ਼ਨ ਸਿੰਘ ਧਨੋਲਾ ਜੀ ਜੋ ਇੱਕ ਨਾਮਵਰ ਕੁਵਿਸਰ ਨੇ ਇੱਕ ਦਰਵੇਸ਼ ਕੁਵਿਸਰ ਨੇ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਕਵਿਸ਼ਰੀ ਕਰਦੇ ਆਂ ਦੂਰ ਦੂਰ ਤੱਕ ਜਾਂਦੇ ਆਂ ਉਹਨਾਂ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਆਉਣ ਆ ਹੁਣ ਜਿਆਦਾ ਸਮਾਂ ਨਾ ਆਪਾਂ ਲਈਏ ਬਾਈ ਮੜੇ ਸੁਣਾ ਦਿਓ ਸਾਨੂੰ ਕੋਈ ਰੰਗ ਆਉਂਦਾ ਹਾਂਜੀ ਅਸੀਂ ਮੰਗਲਾਚਰਨ ਜਿਹੜਾ ਕਵਿਸ਼ਰੀ ਦੇ ਮੁੱਢਲੇ ਨੁਕਤੇ ਨੇ ਮੋਢਾ ਜਿੱਥੋਂ ਸਤਾਰਤ ਹੁੰਦੀ ਹੈ ਕਵਿਸ਼ਰੀ ਇਹਨੂੰ ਜੁਗਤਾਂ ਕਿਹਾ ਜਾਂਦਾ ਵੀ ਕਵਿਸ਼ਰੀਆਂ ਜੁਗਤਾਂ ਨੇ ਜਿਹੜੀਆਂ ਉਹ ਤੋਂ ਸਟਾਰਟ ਕਰਕੇ ਅਸੀਂ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਉਹਦੇ ਪ੍ਰਤੀ ਤੁਹਾਨੂੰ ਇੱਕ ਬਹੁਤ ਪਿਆਰੀ ਕਵਤਾ ਅੱਜ ਕੱਲ ਬੱਚੇ ਪਲਦੇ ਦੇਖੋ ਨਾਲ ਦਵਾਈਆਂ ਦੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਲਓ ਮੰਗਲਾ ਚਰਨ ਸੁਣੋ ਪਹਿਲਾਂ ਹੋ ਮੰਗਲਾ ਚਰਨ ਬੇਗਨਾ ਹਰਨ ਨਾ ਪਾਣੀ ਦੇਵਤੇ ਪਰ ਨ ਲੱਗਿਆ ਤੇਰੀ ਮੈਂ ਸ਼ਰਨ ਉਟ ਤੇਰੀ ਮਹਿਤ ਕਾ ਇਜਾਦ ਕਰਾਰ ਗੁਰਾਈ ਹੋ ਜਾ ਆਣ ਕੇ ਸਹਾਈ ਐਨੀ ਧੀਰ ਕਿਉਂ ਲਗਾਈ ਕਾ ਬਤਾ ਉਹ ਚਾਰਨੀ ਹਵਾ ਦਾ ਬੰਗਲਾ ਜੀ ਫੁੱਲ ਝੜੀ ਲਾ ਦੀਏ ਮੋਤੀਆਂ ਦੀ ਚੋਗ ਹੰਸ ਕਚੈਰੀ ਨੂੰ ਜੀ ਸ਼ੌਕ ਨਾਲ ਪਾ ਦੀਏ ਮੋਤੀਆਂ ਦੀ ਚੋਗ ਹੰਸ ਕਚੈਰੀ ਨੂੰ ਜੀ ਸ਼ੌਕ ਨਾਲ ਪਾ ਦੀਏ ਹੋ ਜੀ ਆ ਆੱਖਾਂ ਸਾਹਬ ਦੋਸਤਾਂ ਨੂੰ ਭਾਗਾਂ ਨਾਲ ਨੇ ਹੁੰਦੇ ਦੀਦਾਰ ਥੋੜੇ ਆਣ ਬੈਠ ਗਏ ਰੱਬੀ ਮਹਿਫਲਾਂ ਮੇ ਉੱਚੇ ਸੁੱਚੇ ਤੇ ਸ਼ੁਭਨੇ ਵਿਚਾਰ ਥੋੜੇ ਹੋ ਲੱਗੇ ਹਾਜ਼ਰੀ ਵਿੱਚ ਦਰਬਾਰ ਸੱਚੇ ਉੱਤੇ ਖੁਸ਼ਣੇ ਦਾ ਸੰ ਅਵਤਾਰ ਥੋਡੇ ਹੋ ਲੈ ਕੇ ਕਮਤਾਂ ਦੇ পুষ্প ਦਰਵਾਰ ਸਿੰਗਾ ਪਾਦੀਏ ਗਲਾਂ ਵਿੱਚ ਗੁੰਦ ਕੇ ਹਾਰ ਥੋਡੇ ਹੋ ਪਾਦੀਏ ਗਲਾਂ ਵਿੱਚ ਗੁੰਦ ਕੇ ਹਾਰ ਥੋਡੇ ਲਓ ਜੀ ਹੁਣ ਤੁਸੀਂ ਤੁਹਾਡੇ ਨਾਲ ਆ ਕਵਤਾ ਸਾਂਝੀ ਕਰਨ ਲੱਗੇ ਆ ਕਿਉਂਕਿ ਜਿੱਥੇ ਇਹ ਕਵਤਾ ਚਿੰਤਾ ਦਾ ਵਿਸ਼ਾ ਉਥੇ ਚਿੰਤਨ ਕਰਨ ਦਾ ਵੀ ਵਿਸ਼ਾ ਹੈ ਵੀ ਆਉਣ ਵਾਲੀ ਪੀੜ੍ਹੀ ਜੀਤੋਂ ਅਸੀਂ ਬੰਦਾ ਸਿੰਘ ਬਹਾਦਰ ਜਾਂ ਹਰੀ ਸਿੰਘ ਨਲੂਏ ਦੀ ਆਸ ਨਹੀਂ ਰੱਖ ਸਕਦੇ ਕਿਉਂਕਿ ਆਉਣ ਵਾਲੀ ਪੀੜ੍ਹੀ ਦਵਾਈਆਂ ਤੇ ਪਲਦੀ ਆ ਲੇਜ਼ ਤੇ ਪਲਦੀ ਆ ਕੁਰਕਰਿਆਂ ਤੇ ਪਲਦੀ ਆ ਤੇ ਮਾਮਾ ਦੇ ਦੁੱਧ ਤੋਂ ਸਖਣੇ ਹੋ ਚੁੱਕੇ ਨੇ ਬੱਚੇ ਦਾਦਾ ਦਾਦੀ ਦੀ ਬੁੱਕਲ ਦੇ ਨਿਗ੍ ਤੋਂ ਸਖਣੇ ਹੋ ਚੁੱਕੇ ਨੇ ਉਹਨਾਂ ਬੱਚਿਆਂ ਦੀ ਗੱਲ ਪਾਠਕ ਭਰਾਵਾਂ ਤੋਂ ਓਹ ਸੁਣੋ ਜੀ ਹੋ ਪਹਿਲਾਂ ਬੱਚੇ ਦਾਦੀ ਨਾਨੀ ਦੇ ਕੋਲ ਰਹਿੰਦੇ ਸੀ ਪਹਿਲਾਂ ਬੱਚੇ ਦਾਦੀ ਨਾਨੀ ਦੇ ਕੋਲ ਰਹਿੰਦੇ ਸੀ ਖੂਬ ਰੱਜ ਕੇ ਖਾਂਦੇ ਨਾ ਕੋਈ ਟੈਨਸ਼ਨ ਲੈਂਦੇ ਸੀ ਹੂ ਬਰ ਅੱਜ ਕੇ ਖਾਂਦੇ ਨਾ ਕੋਈ ਟੈਨਸ਼ਨ ਲੈਂਦੇ ਸੀ ਹੋ ਪੁਰਣ ਨਾ ਬੱਚੇ ਦੱਬੇ ਬੈ ਗਾਂ ਤੇ ਪੜਾਈਆਂ ਦੇ ਅੱਜ ਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਅੱਜ ਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਹੋ ਕੁਰਕਰੇਲੇ ਚ ਪਲਾਸਟਿਕ ਦੀਆਂ ਚੀਜ਼ਾਂ ਖਾਂਦੇ ਨੇ ਕੁਰਕਰੇਲੇ ਚ ਪਲਾਸਟਿਕ ਦੀਆਂ ਚੀਜ਼ਾਂ ਖਾਂਦੇ ਨੇ ਏਸ ਲਈ ਤਾਂ ਵਾਰ-ਵਾਰ ਡਾਕਟਰ ਦੇ ਜਾਂਦੇ ਨੇ ਐਸੇ ਲਈ ਤਾਂ ਵਾਰ-ਵਾਰ ਡਾਕਟਰ ਦੇ ਜਾਂਦੇ ਨੇ ਹੋ ਫਿਰਦੇ ਕਮਲੇ ਹੋਏ ਵੇਖੋ ਵਾਂਗ ਸ਼ੁਦਾਈਆਂ ਦੇ ਅੱਜਕੱਲ ਬੱਚੇ ਪਾਲਦੇ ਵੇਖੋ ਨਾਲ ਦਵਾਈਆਂ ਦੇ ਅੱਜਕੱਲ ਬੱਚੇ ਪਾਲਦੇ ਵੇਖੋ ਨਾਲ ਦਵਾਈਆਂ ਦੇ ਹੋ ਨਾਲ ਮੋਬਾਈਲਾਂ ਨਾਲ ਮੋਬਾਈਲਾਂ ਹੋ ਨਾਲ ਮੋਬਾਈਲਾਂ ਅੱਖਾਂ ਵੇਖੋ ਲਈਆਂ ਗਾਲ ਜੀ ਲੱਗੀਆਂ ਆਖਾਂ ਤੇ ਐਣ ਕਾ ਮੂੰਦਾ ਮੰਦੜਾ ਹਾਲ ਜੀ ਲੱਗੀਆਂ ਆਖਾਂ ਤੇ ਐਣਕਾ ਹੋਇਆ ਮੰਦੜਾ ਹਾਲ ਜੀ ਹੋ ਪੰਜ ਪੰਜ ਨੰਬਰ ਸ਼ੀਸ਼ੇ ਮੁਖ ਤੇ ਐਣਕਾ ਲਾਈਆਂ ਦੇ ਅੱਜ ਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਅੱਜ ਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਦੁੱਧ ਦਹੀਂ ਤੋਂ ਬੱਚੇ ਹੁਣ ਕੰਨੀ ਕਤਰ ਆਉਂਦੇ ਨੇ ਲੱਸੀ ਕਿਉਂ ਨੂੰ ਬੱਚੇ ਅੱਜ ਕੱਲ ਮੂਣਾ ਲਾਉਂਦੇ ਨੇ ਲੱਸੀ ਕਿਉਂ ਨੂੰ ਬੱਚੇ ਅੱਜਕੱਲ ਮੂਣਾ ਲਾਉਂਦੇ ਨੇ ਹੋ ਗੁਣ ਬੱਚੇ ਕੀ ਜਾਣਨ ਤੁਦਤੇ ਆਈਆਂ ਮਲਾਈਆਂ ਦੇ ਅੱਜਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਅੱਜਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਹੋ ਪੰਡਿਤ ਭਗਤੂ ਰਾਮ ਤਨੌਲੇ ਵਾਲਿਆ ਕੀ ਕਹਿਣਾ ਪੰਡਿਤ ਭਗਤੂ ਰਾਮ ਤਨੌਲੇ ਵਾਲਿਆ ਕੀ ਕਹਿਣਾ ਜੇ ਨਾ ਸਾਂਭਿਆ ਵੇਲਾ ਪੱਲੇ ਕੱਖ ਨਹੀਂ ਰਹਿਣਾ ਜੇ ਨਾ ਸਾਂਭਿਆ ਵੇਲਾ ਪੱਲੇ ਕੱਖ ਨਹੀਂ ਰਹਿਣਾ ਫਿਰ ਕਿਹੜਾ ਬਣੂ ਕਵੀ ਸ਼ਰਵਾਂਗੂ ਪਾਠਕ ਪਾਈਆਂ ਦੇ ਅੱਜ ਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਅੱਜ ਕੱਲ ਬੱਚੇ ਪਲਦੇ ਵੇਖੋ ਨਾਲ ਦਵਾਈਆਂ ਦੇ ਲਾ ਜਵਾਬ ਦਰਸ਼ਕੋ ਨਾ ਕਈ ਵਾਰੀ ਨਾ ਲਫ਼ਜ਼ ਮੁੱਕ ਜਾਂਦੇ ਹੁੰਦੇ ਆ ਤੇ ਮੇਰੇ ਕੋਲੇ ਲਫ਼ਜ਼ ਮੁੱਕ ਗਏ ਆ ਇੱਥੇ ਨਾ ਮੈਂ ਇੱਕ ਗੱਲ ਕਹੂੰਗਾ ਬਾਈ ਜੀ ਜਿਹੜਾ ਮੰਗਲਾ ਚਾਰਨ ਸੀ ਤੁਹਾਡਾ ਹਨਾ ਉਹ ਮੰਗਲਾ ਚਾਰਨ ਸੱਚਿਓਂ ਹੀ ਸੀਗਾ ਹਾਂ ਹਾਂ ਬਿਲਕੁਲ ਜੀ ਹਨਾ ਅੱਗੇ ਸਾਡੀਆਂ ਪੁਰਾਣੀ ਰਵਾਇਤਾਂ ਕਿੱਸਾਕਾਰ ਵੀ ਹੋਏ ਨੇ ਸ਼ਾ ਮੁਹੰਮਦ ਹੋਏ ਨੇ ਹਨਾ ਸਾਰੇ ਕਾਦਰ ਯਾਰ ਉਹ ਕਿਸ ਤਾਈਆਂ ਲਿਖਦੇ ਸੀ ਵੀ ਰੱਬ ਨੂੰ ਸਮਰਪਿਤ ਹੋ ਕੇ ਤੇ ਉਹਨਾਂ ਇੱਕ ਮਕਤਾ ਬਣ ਜਾਂਦੀ ਸੀ ਹਨਾ ਤੇ ਉਹ ਸੱਚਿਓਂ ਹੀ ਤੁਸੀਂ ਇੱਕ ਮਕਤਾਲੀ ਗੱਲ ਕੀਤੀ ਤੇ ਬਈ ਤੁਸੀਂ ਇਦੋਂ ਬਿਨਾਂ ਇੱਕ ਤਾਂ ਧਾਰਮਿਕ ਪੱਖ ਤੋਂ ਲਿਖਦੇ ਇੱਕ ਵਿਸ਼ਰਾਮ ਹੀ ਹਨਾ ਤੁਸੀਂ ਸਮਾਜਿਕ ਪੱਖ ਨੂੰ ਵੀ ਬਹੁਤ ਤਰਜੀਹ ਦਿੰਦੇ ਹੋ ਕਿਹੜੇ ਕਿਹੜੇ ਵਿਸ਼ਿਆਂ ਤੇ ਹੁਣ ਤੱਕ ਗਾਇਆ ਅਸੀਂ ਸਮਾਜ ਦਾ ਕੋਈ ਵੀ ਸ਼ਾਇਦ ਸਾਡੇ ਅਕੋਰਡਿੰਗ ਸਾਡੀ ਕੋਸ਼ਿਸ਼ ਰਹੀ ਆ ਵੀ ਜਦੋਂ ਵੀ ਕੋਈ ਕਿਸੇ ਤਰ੍ਹਾਂ ਦੇ ਵੀ ਹਾਲਾਤ ਨੇ ਸਮਾਜ ਦੇ ਅਸੀਂ ਉਹਨਾਂ ਹਾਲਾਤਾਂ ਨੂੰ ਕਾਗਜ਼ ਦੀ ਹਿੱਕ ਤੇ ਲਿਖਣ ਦੀ ਕੋਸ਼ਿਸ਼ ਕੀਤੀ ਆ ਤੇ ਇਕੱਲਾ ਇਹ ਨਹੀਂ ਵੀ ਕਾਗਜ਼ ਦੀ ਹਿੱਕ ਤੇ ਲਿਖਤਾ ਉਸ ਤੋਂ ਇਲਾਵਾ ਉਹ ਪਾਠਕਾਂ ਸਰੋਤਿਆਂ ਲੋਕਾਂ ਦੇ ਵਿੱਚ ਉਹਨੂੰ ਲਿਆਂਨ ਦੀ ਕੋਸ਼ਿਸ਼ ਕੀਤੀ ਆ ਸਾਡਾ ਉਦਮ ਰਿਹਾ ਕਿਉਂਕਿ ਜਿੰਨੇ ਵੀ ਸਰਕਾਰੀ ਮੁੱਦੇ ਜਾਂ ਸਰਕਾਰਾਂ ਦੇ ਜੋ ਵੀ ਹੁਣ ਮੌਜੂਦਾ ਸਮੇਂ ਜਿਵੇਂ ਲੇਟੈਸਟ ਵੀ ਚੱਲਦੇ ਨੇ ਕੋਈ ਵੀ ਇਹੋ ਜਿਹੀ ਘਟਨਾ ਜਿਹੜੀ ਮੌਜੂਦਾ ਸਮੇਂ ਚੱਲਦੀ ਹੋਵੇ ਅਸੀਂ ਉਹਤੇ ਲਿਖਣਾ ਲਾਜ਼ਮੀ ਸਮਝਦੇ ਹੁੰਨੇ ਆ ਤੇ ਉਹ ਉਹ ਗੱਲ ਆ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਣੇ ਆ ਜਿਵੇਂ ਅਸੀਂ ਪਿੱਛੇ ਜੇ ਸਰਕਾਰਾਂ ਤੇ ਲਿਖਿਆ ਸੀ ਕਿਉਂਕਿ ਮਹਿੰਗਾਈ ਇੰਨੀ ਵੱਧ ਚੁੱਕੀ ਸੀ ਹਾਲਾਤ ਇੰਨੇ ਮਾੜੇ ਹੋ ਚੁੱਕੇ ਸੀ ਵੀ ਇੱਕ ਗਰੀਬ ਦਾ ਜਿਉਣਾ ਬਹੁਤ ਔਖਾ ਸੀ ਇੱਕ ਕਿਰਤੀ ਬੰਦਾ ਜਿਹਨੇ 5 ਰੁਪਏ ਦਾ ਦੁੱਧ ਲਿਆਉਣਾ ਤੇ 3 ਰੁਪਏ ਦੀ ਖੰਡ ਲਿਆਉਣੀ ਆ ਚਾਹ ਪੱਤੀ ਲਿਆਉਣੀ ਆ ਉਹਦੇ ਲਈ ਜਿਉਣਾ ਬਹੁਤ ਔਖਾ ਸੀ ਉਦੋਂ ਅਸੀਂ ਇੱਕ ਹਫ਼ਤਾ ਲਿਖੀ ਸੀ ਲਾਂਤ ਸਰਕਾਰਾਂ ਨੂੰ ਉਹ ਹਫ਼ਤਾ ਦਾ ਵਿਸ਼ਾ ਇਹੀ ਸੀਗਾ ਵੀ ਜਿਹੜੇ ਮੌਜੂਦਾ ਸਮੇਂ ਹੁਣ ਤੇਲ ਵਧਾਤੇ ਜਾਂ ਕੋਈ ਘਾਓ ਵਧਾਤਾ ਪਿਆਜ਼ ਵਧਾਤੇ ਵੱਡੇ ਵੱਡੇ ਰੇਟ ਕਰਤੇ ਇਹਨਾਂ ਦੇ ਜਿਹੜੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਨਿਗੇ ਉਹ ਉਸ ਨੂੰ ਮੁੱਖ ਰੱਖ ਕੇ ਅਸੀਂ ਉਹ ਹਫ਼ਤਾ ਲਿਖੀ ਸੀ ਹੱਦੋਂ ਮਹਿੰਗਾਈ ਵਧ ਗਈ ਉਹ ਹਫ਼ਤਾ ਦੇ ਕੁਝ ਕਬੂਲ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਲਾਜ਼ਮੀ ਲਾਜ਼ਮੀ ਕਰੋ ਹਾਂਜੀ ਹੱਦੋਂ ਮਹਿੰਗਾਈ ਵਧ ਗਈ ਢੋਕੀ ਪਏ ਡਰਦੇ ਨੇ ਚਟਨੀ ਨਾਲ ਖਾਣੇ ਰੋਟੀਆਂ ਸਬਜੀਨਾ ਧਰਦੇ ਨੇ ਆਮਦਨ ਓਥੇ ਦੀ ਓਥੇ ਦਿਨ ਕਟੀਆਂ ਕਰਦੇ ਨੇ ਡੀਜ਼ਲ ਪਟਰੋਲ ਤੋਂ ਡਰਦੇ ਵੇਚਣ ਕਈ ਕਾਰਨੂ ਜਿੰਨਾ ਤੋਂ ਦੇਸ਼ ਨਹੀਂ ਚੱਲਦਾ ਲਾਹਨਤ ਸਰਕਾਰਾਂ ਨੂੰ ਜਿਨ੍ਹਾਂ ਨੇ ਦੇਸ਼ ਵੇਚਤਾ ਹੱਥਾਂ ਵਿੱਚ ਡਿਗਰੀਆਂ ਵੇਖੋ ਕੁੜੀਆਂ ਤੇ ਮੁੰਡਿਆਂ ਦੇ ਨੌਕਰੀ ਲੈ ਜਾਂਦੇ ਪੁੱਤ ਲੀਡਰ ਤੇ ਗੁੰਡਿਆਂ ਦੇ ਕੀ ਤੇਰੀ ਜ਼ਰਬਣ ਕੋਟੇ ਆਕਲ ਤੋਂ ਖੁੰਡਿਆਂ ਦੇ ਧਰਨੇ ਨੇ ਲਾਉਣੇ ਪੈਂਦੇ ਵੇਖੋ लाਚਾਰਾਂ ਨੂੰ ਜਿੰਨਾ ਤੋਂ ਦੇਸ਼ ਨਹੀਂ ਚੱਲਦਾ ਲਾਹਨਤ ਸਰਕਾਰਾਂ ਨੂੰ ਜਿਨ੍ਹਾਂ ਨੇ ਦੇਸ਼ ਵੇਚਤਾ ਮੀਤਕ ਫੇਲ ਨਹੀਂ ਕਹਿੰਦੇ ਬੱਚਾ ਕੋਈ ਕਰਨਾ ਜੀ ਇਸੇ ਲਈ ਬੱਚਿਆਂ ਨੇ ਵੀ ਦਿੱਤਾ ਛੱਡ ਪੜਨਾ ਜੀ ਟੀਚਰ ਨੂੰ ਸਖਤ ਹਦਾਇਤਾਂ ਖੱਪੜ ਨਹੀਂ ਜਣਨਾ ਜੀ ਕਿੱਥੋਂ ਦੱਸ ਮਿਲੂ ਨੌਕਰੀ ਹਣ ਪੜ ਗਏ ਵਾਰਾਂ ਨੂੰ ਜਿੰਨਾ ਤੋਂ ਦੇਸ਼ ਨਹੀਂ ਚੱਲਦਾ ਲਾਹਨਤ ਸਰਕਾਰਾਂ ਨੂੰ ਜਿਨ੍ਹਾਂ ਨੇ ਦੇਸ਼ ਵੇਚਦਾ ਵੋਟਾਂ ਲੈ ਲੀਡਰ ਸਾਡੇ ਦਿੱਲੀ ਜਾ ਭੇਜ ਜਾਂਦੇ ਕੀਤੇ ਸਭ ਝੂਠੇ ਵਾਦੇ ਮਿੰਟਾਂ ਵਿੱਚ ਟਹਿ ਜਾਂਦੇ ਜਿੰਨੀਆਂ ਵੀ ਆਉਣ ਗਰੰਟਾ ਆਪਣੇ ਘਰ ਲੈ ਜਾਂਦੇ ਲੋਕੀ ਨੇ ਧੋਖਾ ਖਾਂਦੇ ਸੁਣ ਕੇ ਪ੍ਰਚਾਰਾਂ ਨੂੰ ਜਿੰਨਾ ਤੋਂ ਦੇਸ਼ ਨਹੀਂ ਚੱਲਦਾ ਲਾਹਨਤ ਸਰਕਾਰਾਂ ਨੂੰ ਜਿਨ੍ਹਾਂ ਨੇ ਦੇਸ਼ ਵੇਚਤਾ ਬਤ ਬਿਨ ਕੰਮ ਨਹੀਂ ਕਰਦੇ ਅਫਸਰ ਬੇਈਮਾਨ ਜੀ ਕਾਗਜ਼ ਦੇ ਨੋਟਾਂ ਖਾਤਰ ਵੇਚਨੀ ਮਾਨ ਜੀ ਪਾਵੇ ਨਾ ਨੂੰ ਲਾਣਤ ਲੇਖਕ ਸਤਨਾਮ ਜੀ ਪਾਠਕ ਨੇ ਵੀਰ ਸੁਣਾਉਂਦੇ ਗਾ ਸੱਚੀਆਂ ਵਾਰਾਂ ਨੂੰ ਜਿੰਨਾ ਤੋਂ ਦੇਸ਼ ਨਹੀਂ ਚੱਲਦਾ ਲਾਣਤ ਸਰਕਾਰਾਂ ਨੂੰ ਜਿਨ੍ਹਾਂ ਨੇ ਦੇਸ਼ ਵੇਚਤਾ ਦਰਸ਼ਕੋ ਆਹੀ ਚੀਜ਼ ਨਾ ਸਾਨੂੰ ਕਹ ਲੋ ਕਿ 70 80 ਕਿਲੋਮੀਟਰ ਤੋਂ ਖਿੱਚ ਕੇ ਇੱਥੇ ਲੈ ਕੇ ਆਈ ਆ ਕਿਉਂਕਿ ਦਲੀ ਰੂਹ ਸੀ ਵੀ ਹੈ ਨਾ ਕਬਿਸ਼ਰਾਂ ਨੇ ਇਹਨਾਂ ਨੂੰ ਮਿਲਿਆ ਜਾਵੇ ਖਾਸ ਨੇ ਕਬਿਸ਼ਰ ਤੇ ਬਾਈ ਜੀ ਤੁਸੀਂ ਇਹਨਾਂ ਵਿੱਚ ਸ਼ੰਦਾਂ ਦੀ ਗੱਲਬਾਤ ਕਰ ਗਏ ਹਨ ਇਹਦੇ ਵਿੱਚ ਨਵੀਂ ਬਿਉਂਤ ਵੀ ਕੋਈ ਬਣਾਈ ਤੁਸੀਂ ਇਹਦੇ ਵਿੱਚ ਹਾਂ ਅਸੀਂ ਜਦੋਂ ਕਵਤਾ ਕੋਈ ਵੀ ਗਾਉਣੇ ਆ ਕਈ ਵਾਰ ਸਾਨੂੰ ਜਿਵੇਂ ਮੰਨ ਲਓ ਅਸੀਂ ਕੋਰੜੇ ਨਹੀਂ ਗਾਉਣੇ ਆ ਕੋਰੜੇ ਨੂੰ ਸਾਡੇ ਅਸੀਂ ਕਈ ਇਹੇ ਤਰੀਕੇ ਨਾਲ ਗਾ ਦਿੰਦੇ ਆ ਵੀ ਜਿਹੜਾ ਸੁਣਨ ਵਾਲਾਗਾ ਉਹ ਕਈ ਵਾਰ ਸੋਚਦਾ ਵੀ ਯਾਰ ਇਹਨਾਂ ਨੇ ਕੋਈ ਨਵਾਂ ਛੰਦ ਘੜਤਾ ਨਵੇਂ ਛੰਦ ਦੀ ਸਿਰਜਣਾ ਹੋ ਗਈ ਮੈਨੂੰ ਲੱਗਦਾ ਵੀ ਅਨੇਕਾਂ ਹੀ ਅਜਿਹੇ ਛੰਦ ਜਿਨ੍ਹਾਂ ਬਾਰੇ ਅਸੀਂ ਵੀ ਨਹੀਂ ਜਾਣਦੇ ਹੋਵਾਂਗੇ ਉਹਨਾਂ ਦੀ ਵੀ ਚੱਲਦੇ-ਚੱਲਦੇ ਸਿਰਜਣਾ ਹੋਈ ਵੀ ਆ ਜਦੋਂ ਵੀ ਕੋਈ ਅਸੀਂ ਸਮਾਜਿਕ ਵਿਸ਼ਾ ਚੱਕਦੇ ਆਂਗੇ ਉਹਦਾ ਸਾਨੂੰ ਉਹ ਵੱਖਰਾ ਹੁੰਦਾ ਵੀ ਇਹਦੀ ਕੋਈ ਵੱਖਰੀ ਕੰਪੋਜੀਸ਼ਨ ਬਣਾਈ ਜਾਵੇ ਜਿਹੜੀ ਅੱਜ ਤੱਕ ਆਈ ਨਾ ਹੋਵੇ ਇਸ ਕਰਕੇ ਜਿੰਨੀਆਂ ਵੀ ਕੰਪੋਜੀਸ਼ਨਾਂ ਨੇ ਉਹ ਅਸੀਂ ਆਪ ਹੀ ਬਣਾਈਆਂ ਨੇ ਤੇ ਉਹ ਬਣਾਈਆਂ ਨੇ ਜਿਹੜੀਆਂ ਹੁਣ ਤੱਕ ਆਈਆਂ ਨਹੀਂ ਆ ਜਦੋਂ ਨਾ ਤੁਹਾਡੇ ਅੰਦਰ ਲਿਖਣ ਦੀ ਕਲਾ ਹੋਵੇ ਕੰਪੋਜੀਸ਼ਨ ਸਾਰੇ ਸੰਗੀਤਕਾਰ ਰਾਈਟਰ ਥੋੜੇ ਅੰਦਰ ਹੀ ਹੁੰਦਾ ਹੈ ਨਾ ਉਹਨੂੰ ਕਿਵੇਂ ਟਾਲਣਾ ਮਾਤਰਾ ਤੁਸੀਂ ਲਗਾ ਮਾਤਰਾ ਪੂਰੀਆਂ ਕਰਕੇ ਹਨਾ ਤਾਂ ਇੱਕ ਤਾਂ ਸਾਡੇ ਰਵਾਇਤੀ ਛੰਦ ਨੇ ਦਰਸ਼ਕੋ ਇੱਥੇ ਥੋੜੀ ਜੀ ਜਾਣਕਾਰੀ ਲਈ ਮੈਂ ਦੱਸ ਦਿਆਂ ਜੇ ਮੈਂ ਗਲਤ ਨਾ ਹੋ ਸਹੀ ਕਰਦੇ ਹੋ ਛੰਦ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਵਰਣਿਕ ਛੰਦ ਹੁੰਦੇ ਨੇ ਤੇ ਇੱਕ ਮਾਤ੍ਰਿਕ ਛੰਦ ਤੇ ਮਾਤ੍ਰਿਕ ਦੇ ਵਿੱਚ ਅੱਖਰ ਤੇ ਮਾਤਰਾ ਦੋਵੇਂ ਗਿਣੀਆਂ ਜਾਂਦੀਆਂ ਤੇ ਵਰਣਿਕ ਚ ਕਲੇ ਵਰਣ ਗਿਣੇ ਜਾਂਦੇ ਨੇ ਮਾਤ੍ਰਿਕ ਛੰਦ ਦੀ ਆਧਾਰਨ ਹੋਗੀ ਬੈਂਤ ਬੈਂਤ ਹਾਂਜੀ ਹਾਂ ਤੇ ਜੇ ਵਰਣਿਕ ਛੰਦ ਕਵਿਤ ਵੀ ਹੋ ਜਾਂਦਾ ਹੈ ਕਵਿਤ ਹੋ ਗਿਆ ਤੇ ਬਾਈ ਜੀ ਫਿਰ ਤੁਸੀਂ ਇੰਨੇ ਕਿਤਾਬ ਵਗੈਰਾ ਵੀ ਸ਼ਿਪਾਈ ਕੋਈ ਆਹ ਕਿਤਾਬ ਐਸੇ ਤਾਂ ਚਲੋ ਇਹ ਕਵੀਸ਼ਰੀ ਦੀ ਨਹੀਂ ਕੋਈ ਕਿਤਾਬ ਸਭ ਇਹਦੇ ਅਸੀਂ ਕੈਸ ਨਾ ਗੱਡੀਆਂ ਜੀ ਸਾਡੀ ਪਹਿਲੀ ਅੱਜ ਦੀ ਦਰੋਪਤੀ ਕੈਸਡ ਆਈ ਦੂਸਰੀ ਆਈ ਗੁਲਾਮ ਗੱਭਰੂ ਤੇ ਹੁਣ ਅਸੀਂ ਜਿਵੇਂ ਦਾ ਹੁਣ ਸਿਸਟਮ ਆ ਉਸ ਅਕੋਰਡਿੰਗ ਅਸੀਂ ਕਿਸੇ ਰਿਕਾਰਡ ਕਰ ਦਿੰਨੇ ਆ ਜੀ ਤੇ ਉਹ ਕਿਸਿਆਂ ਨੂੰ ਹੁਣ ਅਸੀਂ ਪੈਨ ਡਰਾਈਵ ਚਲਦੀ ਆ ਉਹਦੇ ਵਿੱਚ ਪਾ ਕੇ ਅਸੀਂ ਜਿਹੜੇ ਉਹਦੇ ਚਾਹਵਾਨ ਨੇ ਇਛਕ ਨੇ ਕਿਉਂਕਿ ਬਹੁਤ ਲੋਕ ਬੈਠੇ ਨੇ ਕੁਸ਼ਰੀ ਨੂੰ ਪਿਆਰ ਕਰਨ ਵਾਲੇ ਇਹ ਬੈਸੀ ਗੱਲਾਂ ਨੇ ਵੀ ਔਲੋਪ ਹੋ ਰਹੀ ਆ ਔਲੋਪ ਨਹੀਂ ਹੋ ਰਹੀ ਜਦੋਂ ਅਸੀਂ ਕੋਈ ਚੰਗੀ ਚੀਜ਼ ਦੇਵਾਂਗੇ ਨਹੀਂ ਤਾਂ ਸਾਨੂੰ ਐ ਲੱਗਣ ਲੱਗ ਜੂ ਵੀ ਆ ਚੀਜ਼ ਔਲੋਪ ਹੋ ਰਹੀ ਆ ਜਦੋਂ ਲੋਕਾਂ ਕੋਲੇ ਚੰਗੀ ਚੀਜ਼ ਜਾਊਗੀ ਤਾਂ ਉਹ ਲੈਣਗੇ ਇਹ ਬਹੁਤ ਜਲਦ ਇਹਦੀ ਜਿਹੜੀ ਕਿਤਾਬ ਆ ਉਹ ਵੀ ਅਸੀਂ ਲੋਕਾਂ ਦੇ ਸਾਹਮਣੇ ਰੱਖ ਕੇ ਆਵਾਂ। ਕਿਉਂਕਿ ਇੱਥੇ ਮੈਨੂੰ ਕਰਮਜੀਤ ਬੱਗਾ ਜੀ ਲੋਕੋ ਜਵਾਦਕ ਨੂੰ ਉਹਨਾਂ ਦੀ ਗੱਲ ਇੱਕ ਬਹੁਤ ਹੁਣ ਮੈਨੂੰ ਚੇਤੇ ਆਈ। ਉਹ ਕਹਿੰਦੇ ਵੀ ਜਦੋਂ ਕਲਾ ਪੜ੍ਹੇ ਲਿਖਿਆ ਬੰਦਾ ਕੋਲੇ ਪਹੁੰਚ ਜੇ ਨਾ ਉਦੋਂ ਖਤਮ ਨਹੀਂ ਹੁੰਦੀ ਕਦੇ ਵੀ। ਤੇ ਉਹੀ ਗੱਲ ਆ ਵੀ ਤੁਸੀਂ ਪੜ੍ਹੇ ਲਿਖੇ ਵੀ ਹੈਗੇ ਹੋ ਤੇ ਨਾਂਗੇ ਸਿਖਾ ਵੀ ਸਕਦੇ ਹੋ ਹਾਂ। ਇਗੋ ਫੈਕਟ ਹੈ ਨਹੀਂਗਾ ਕਿਉਂਕਿ ਸਾਨੂੰ ਪਤਾ ਇਹ ਕਲਾ ਨੂੰ ਆਪਾਂ ਵਧਾਉਣਾ ਵਾ। ਤੇ ਬਹੁਤ ਵਧੀਆ ਗੱਲਾਂ ਬਾਈ ਜੀ ਤੁਸੀਂ ਇਹ ਤੇ ਕੀ ਲੋਕਾਂ ਦਾ ਕੀ ਆ ਤੁਹਾਡੇ ਪਰ ਦੀ ਰੁਝਾਨ ਕਿਵੇਂ ਦੱਸੋ ਨੂੰ ਰਿਸਪੌਂਸ ਮਿਲਦਾ ਤੁਸੀਂ ਆਮ ਪੰਡਾਂ ਚ ਜਾਣੇ ਹੋ ਸਟੇਜਾਂ ਲਾਉਨੇ ਹੋ ਹਨਾ ਵੀ ਲੋਕਾਂ ਦਾ ਕਿਸ ਕਿਸਮ ਦਾ ਹੁੰਗਾ ਹੰਗਾਰਾ ਕਰੋ ਸ਼੍ਰੀ ਨੂੰ ਲੈ ਕੇ ਲੋਕ ਸਾਨੂੰ ਬਹੁਤ ਪਿਆਰ ਕਰਦੇ ਆ ਜੀ ਲੋਕ ਅਸੀਂ ਜੇ ਆਪਦੇ ਇਲਾਕੇ ਦੀ ਗੱਲ ਕਰੀਏ ਆਪ ਦਾ ਸਾਡਾ ਆਪ ਦਾ ਕਿਉਂਕਿ ਪਹਿਲਾਂ ਇਹ ਹੁੰਦਾ ਜੇ ਸਾਨੂੰ ਘਰ ਚੋਂ ਜਿਹੜਾ ਜਿਹਾ ਮਾਹੌਲ ਮਿਲਦਾ ਹੈ ਜੇ ਘਰ ਚੋਂ ਪਿਆਰ ਮਿਲਦਾ ਤਾਂ ਹੀ ਬਾਹਰੋਂ ਮਿਲਦਾ ਇਹ ਕਹਿੰਦੇ ਗਏ ਸਾਡੇ ਆਪ ਦੇ ਨਗਰ ਚੋਂ ਸਾਨੂੰ ਬਹੁਤ ਪਿਆਰ ਮਿਲਦਾ ਹੈ ਤੇ ਬਾਹਰ ਅਸੀਂ ਦੂਰ ਤੱਕ ਅਲੀਗੜ੍ਹ ਤੱਕ ਜਾ ਕੇ ਆਏ ਆਂਗੇ ਅਲੀਗੜ੍ਹ ਜੋ ਹੋਰ ਦੂਰ ਦੂਰ ਤੱਕ ਹਰਿਆਣਾ ਰਾਜ ਆ ਜ ਲੋਕਾਂ ਨੇ ਬੇਹੱਦ ਪਿਆਰ ਦਿੱਤਾ ਕਿਉਂ ਕਾਰਨ ਇਹ ਹੁੰਦਾ ਵੀ ਅਸੀਂ ਲੋਕਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਲੋਕਾਂ ਦੀ ਗੱਲ ਕਰਾਂਗੇ ਤਾਂ ਲੋਕ ਉਹ ਚੀਜ਼ਾਂ ਬਹੁਤ ਸਾਰੇ ਅਜਿਹੇ ਵਿਸ਼ੇ ਨੇ ਵੀਰ ਜੀ ਜਿਨ੍ਹਾਂ ਨੂੰ ਕੋਈ ਲੇਖਕ ਛੇਤੀ ਛੋਂਦਾ ਨਹੀਂ ਪਰ ਉਹ ਹੰਡਾਉਂਦੇ ਸਾਰੇ ਨੇ ਉਹਨੂੰ ਬਾਹਰ ਨਹੀਂ ਲਿਆਉਂਦਾ ਕੋਈ ਸਮਾਜ 'ਚ ਨਹੀਂ ਲਿਆਉਂਦਾ ਜਿਵੇਂ ਮੈਂ ਸਾਡਾ ਇੱਕ ਵਿਸ਼ਾ ਗਾ ਆਪਣੇ ਮਾਪੇ ਬੁੜਾ-ਬੁੜੀ ਸੱਸ ਸਹੁਰਾ ਮੰਮੀ ਡੈਡੀ ਨੇ ਵੀ ਜਦੋਂ ਮੁੰਡਾ ਵਿਆਹਿਆ ਜਾਂਦਾ ਹੈ ਮਾਪੇ ਪਾਲਦਾ 30 ਸਾਲਾਂ ਦਾ ਕਰਦਾ ਹੈ ਉਦੋਂ ਬਾਅਦ ਵਿਆਹਿਆ ਜਾਂਦਾ ਹੈ ਜਦੋਂ ਉਹਦੇ ਸਹੁਰਾ ਪਰਿਵਾਰ ਆਉਂਦੇ ਨੇ ਉਹਨਾਂ ਨੂੰ ਤਾਂ ਉਹ ਕਹਿੰਦਾ ਵੀ ਡੈਡੀ ਹੋਰੀ ਆਗੇ ਮੰਮੀ ਹੋਰੀ ਆਗੇ ਆਪਦੇ ਮਾਪਿਆਂ ਨੂੰ ਬੁੜਾ ਉਹ ਬੁੜਿਆ ਹਰ ਜਾ ਉਹ ਬੁੜੀਏ ਹਰ ਜਾ ਉਹਨਾਂ ਨੂੰ ਐਂ ਬੋਲਦੇ ਨੇ ਇਹ ਗੱਲ ਅਸੀਂ ਕੋਈ ਕਹਿਣ ਦੀ ਕੋਸ਼ਿਸ਼ ਕਰੀਆ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਆਪਦੇ ਸਾਸ ਸਹੁਰੇ ਦਾ ਸਤਿਕਾਰ ਨਾ ਕਰੋ ਉਹਨਾਂ ਦਾ ਵੀ ਸਤਿਕਾਰ ਬੰਦਾ ਪਰ ਐ ਨਾ ਹੋਵੇ ਕਿ ਤੁਸੀਂ ਜਿਨ੍ਹਾਂ ਨੇ ਜੰਮਣ ਵਾਲਿਆਂ ਨੂੰ ਭੁੱਲ ਕੇ ਉਹਨਾਂ ਦਾ ਸਤਿਕਾਰ ਕਰੋ ਪਹਿਲ ਉਹਨਾਂ ਨੂੰ ਦੋ ਉਹਨਾਂ ਨੂੰ ਵੀ ਸਤਿਕਾਰ ਕਰਨਾ ਹੁਣ ਇਹੇ ਜਿਹੇ ਵਿਸ਼ੇ ਨੇ ਜਿਹੜੇ ਲੋਕ ਹੰਡਾਉਂਦੇ ਜ਼ਰੂਰ ਨੇ ਪਰ ਉਹ ਲੋਕਾਂ ਦੇ ਸਾਹਮਣੇ ਸਮਾਜ ਦੇ ਵਿੱਚ ਆਉਂਦੇ ਨਹੀਂ ਅਸੀਂ ਉਹਨਾਂ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕਰੀਏ ਹਾਂ ਬਿਲਕੁਲ ਨਾ ਅਸੀਂ ਜਦੋਂ ਅੱਗੇ ਸਾਹਿਤ ਵਰਗਾ ਪੜ੍ਹਦੇ ਹੁੰਦੇ ਸੀ ਬਾਈ ਆਲੋਚਕ ਚਿੰਤਕਾਂ ਨੂੰ ਪੜ੍ਹਨਾ ਉਹ ਚ ਇੱਕ ਗੱਲ ਸਾਹਮਣੇ ਹੁੰਦੀ ਸੀ ਵੀ ਕਲਾ ਜਿਹੜੀ ਹੁੰਦੀ ਆ ਕਲਾ ਤੱਕ ਹੁੰਦੀ ਆ ਮਨੋਰੰਜਨ ਲਈ ਜੇ ਤੇ ਇੱਕ ਕਲਾ ਥੋੜੇ ਸਮਾਜ ਲਈ ਸਮਾਜ ਲਈ ਹਣਾ ਤੇ ਤੁਹਾਡੀ ਕਲਾ ਸਮਾਜ ਲਈ ਆ ਤੇ ਵੱਡੀ ਗੱਲ ਆ ਬਾਈ ਜੀ ਇਹ ਹੈ ਨਾ ਤੇ ਦਰਸ਼ਕ ਵੀ ਚੀਜ਼ ਨੂੰ ਸੁਲਾਉਣਗੇ ਤਰਜੀਹ ਦੇਣਗੇ ਭਾਈ ਜੀ ਜਾਂਦੇ ਜਾਂਦੇ ਕੋਲ ਸਾਨੂੰ ਵਧੀਆ ਜੀ ਚੀਜ਼ ਸੁਣਾ ਦਿਓ ਤੇ ਇੱਕ ਨਾ ਮੈਂ ਹੋਰ ਦੱਸ ਦਿਆਂ ਵੀ ਬਾਈ ਜੀ ਹੁਣਾਂ ਦਾ ਏਰੀਆ ਹੈਗਾ ਤਨੌਲਾ ਤਨੌਲੇ ਦੇ ਰਹਿਣ ਵਾਲੇ ਨੇ ਨੇੜੇ ਬਰਨਾਲੇ ਦੇ ਜੀ ਹਾਂ ਜੀ ਤਨੌਲਾ ਮੰਡੀ ਬਰਨਾਲਾ ਜ਼ਿਲ੍ਹਾ ਸਾਡਾ ਬਰਨਾਲਾ ਜ਼ਿਲ੍ਹਾ ਤੇ ਭਾਈ ਜੀ ਤੋਂ ਨਾਮ ਮੈਨੂੰ ਵੜੀ ਜੇ ਕੋਈ ਵੀ ਗੱਲ ਦੱਸ ਦਿਓ ਅਗਰ ਕਿਸੇ ਨੇ ਖੁਸ਼ੀ ਦੇ ਮੌਕੇ ਤੇ ਜਾਂ ਹੋਰ ਥਾਂ ਤੇ ਸਾਂਝੇ ਥਾਂ ਤੇ ਅਸੀਂ ਅਸੀਂ ਹਾਂ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਲਾਉਣੇ ਆ ਸਾਡੇ ਦੇ ਧਾਰਮਿਕ ਪ੍ਰੋਗਰਾਮ ਸਿਹਤ ਸੁਭਾਵਾਂ ਦੇ ਪ੍ਰੋਗਰਾਮ ਜਿੱਥੇ ਵੀ ਸਾਨੂੰ ਲੋਕ ਸਾਡਾ ਪ੍ਰੋਗਰਾਮ ਬੁੱਕ ਕਰਦੇ ਨੇ ਅਸੀਂ ਉੱਥੇ ਪਹੁੰਚਦੇ ਹਾਂ ਜੀ ਬਿਲਕੁਲ ਜਿੱਦਾਂ ਲੋਕਾਂ ਦੀ ਆਵਾਜ਼ ਆਉਂ ਤੁਸੀਂ ਆ ਨਾ ਤੇ ਲੋਕਾਂ ਚ ਜਾਣਾ ਜਾਣਾ ਚਾਹੁੰਦੇ ਆ ਤੇ ਫਿਰ ਸੁਣਾ ਦਿਓ ਕੋਈ ਆਰਟੀਕਲ ਹਾਂਜੀ ਅਸੀਂ ਤੁਹਾਡੇ ਨਾਲ ਜਿਹੜੀ ਹੁਣ ਹਫ਼ਤਾ ਸਾਂਝੀ ਕਰਦੇ ਆ ਆਪਣੇ ਮਾਪੇ ਬੁੜਾ ਬੁੜੀ ਸੱਸ ਸਹੁਰਾ ਮੰਮੀ ਡੈਡੀ ਨੇ ਕਾਫੀ ਵਾਇਰਲ ਹੋਈ ਹਫ਼ਤਾ ਕੀ ਬਹੁਤ ਪਿਆਰੀ ਹਫ਼ਤਾ ਜਿਹੜਾ ਨਵਾਂ ਵਿਸ਼ਾ ਹੈਗਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਜੀ ਹੱਥੀਂ ਹੀ ਪਾਲੇ ਹੋਏ ਬੇਗਾਨੇ ਕੱਢ ਕੇ ਗਾਲ ਬਲਾਉਂਦੇ ਨੇ ਆਖਣ ਤੁਹਾਨੂੰ ਕੁਝ ਨਹੀਂ ਆਉਂਦਾ ਹੁਣ ਸਾਨੂੰ ਸਮਝਾਉਂਦੇ ਨੇ ਆਖਣ ਤੁਹਾਨੂੰ ਕੁਝ ਨਹੀਂ ਆਉਂਦਾ ਹੁਣ ਸਾਨੂੰ ਸਮਝਾਉਂਦੇ ਨੇ ਹੋ ਲੱਖਾਂ ਦੇ ਸੀ ਕੱਖ ਬਣਾਤੇ ਵੇਖੋ ਲਾਗਨ ਕੰਮੀ ਨੇ ਆਪਣੇ ਮਾਪੇ ਬੁੜਾ ਬੁੜੀ ਸੱਸ ਸੋਹਰਾ ਡੈਡੀ ਮੰਮੀ ਨੇ ਆਪਣੇ ਮਾਪੇ ਬੁੜਾ ਬੁੜੀ ਸੱਸ ਸੋਹਰਾ ਡੈਡੀ ਮੰਮੀ ਨੇ ਸੱਸ ਸੋਰੇ ਦਾ ਫੋਨ ਜੇ ਆ ਜੇ ਓ ਸੱਸ ਸੋਰੇ ਦਾ ਫੋਨ ਜੇ ਆ ਜੇ ਜੀ ਜੀ ਆਖ ਬੁਲਾਉਂਦੇ ਨੇ ਆਪਣੇ ਮਾਪਿਆਂ ਤਾਂ ਹੀ ਮੁੰਡੇ ਵੱਡ ਖਾਣ ਨੂੰ ਆਉਂਦੇ ਨੇ ਆਪਣੇ ਮਾਪਿਆਂ ਤਾਈ ਮੁੰਡੇ ਵੱਡਖਾਨ ਨੂੰ ਆਉਂਦੇ ਨੇ ਹੋ ਸੌਰੀ ਜਾਣਾ ਕੰਮ ਜ਼ਰੂਰੀ ਨਾਲ ਜਾਣਾ ਮੇਰੀ ਸੰਮੀ ਨੇ ਆਪਣੇ ਮਾਪੇ ਬੁੜਾ ਬੁੜੀ ਸੱਸ ਸੋਰਾ ਡੈਡੀ ਮੰਮੀ ਨੇ ਆਪਣੇ ਮਾਪੇ ਬੁੜਾ ਬੁੜੀ ਸੱਸ ਸੋਰਾ ਡੈਡੀ ਮੰਮੀ ਨੇ ਹੋ ਪੁੱਤ ਨੂੰ ਪਾਉਣ ਦਿਖਾ ਤੇਰੇ ਕਈ ਤਾਂ ਧੀਆਂ ਕਤਲ ਕਰਾ ਦਿੰਦੇ ਘਰ ਜ਼ਮੀਨ ਤੇ ਪੈਸਾ ਤੇਲਾ ਪੁੱਤ ਦੇ ਨਾਮੇ ਲਾ ਦਿੰਦੇ ਘਰ ਜ਼ਮੀਨ ਤੇ ਪੈਸਾ ਤੇਲਾ ਪੁੱਤ ਦੇ ਨਾਮੇ ਲਾ ਦਿੰਦੇ ਹੋ ਮਾਂ ਸੋਚੇ ਕਿਉਂ ਪਾਪ ਮੈਂ ਕੀਤੇ ਪੁੱਤ ਦੇ ਪਿਆਰ ਚ ਬੰਨੀ ਨੇ ਆਪਣੇ ਮਾਪੇ ਬੁੜਾ ਬੁੜੀ ਸੱਸ ਸੋਹਰਾ ਡੈਡੀ ਮੰਮੀ ਨੇ ਆਪਣੇ ਮਾਪੇ ਬੁੜਾ ਬੁੜੀ ਸੱਸ ਸੋਹਰਾ ਡੈਡੀ ਮੰਮੀ ਨੇ ਇਹ ਵੀ ਹਨਾ ਸਮਾਜ ਦਾ ਇੱਕ ਦੁਖਾਂਤ ਹਨਾ ਭਾਈ ਇੱਕ ਪੱਖ ਤੋਂ ਹਨਾ ਸੀ ਮੈਨੂੰ ਦੇਖਿਆ ਵੀ ਤੁਸੀਂ ਸਮਾਜ ਦੇ ਪੱਖ ਨੂੰ ਹੀ ਉਜਾਗਰ ਕਰ ਰਹੇ ਹੋ ਜਿਹੜੇ ਅਕਸਰ ਆਮ ਲੋਕ ਨਹੀਂ ਗੱਲ ਕਰਵਾਉਂਦੇ ਤੇ ਇੱਕ ਬਾਈ ਤੁਸੀਂ ਦੱਸੋ ਵੀ ਪੰਜਾਬ 'ਚ ਵੀ ਗਾਇਆ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ 'ਚ ਇੰਡੀਆ 'ਚ ਵੀ ਗਾਇਆ ਕੀ ਬਾਹਰਲਾ ਟੂਰ ਲਾਇਆ ਕਦੇ ਕੋਈ ਨਹੀਂ ਬਾਹਰਲਾ ਨਹੀਂ ਹਾਂ ਬਣਿਆ ਨਹੀਂ ਸਾਬਾ ਦਰਸ਼ਕੋ ਇੱਥੇ ਮੈਂ ਨਾ ਅਪੀਲ ਕਰੂੰਗਾ ਜਦੋਂ ਆਪਾਂ ਗੱਲ ਕਰਦੇ ਨਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਤਾਂ ਫਿਰ ਉੱਥੇ ਫਰਜ਼ ਸਾਡੇ ਇਹ ਵੀ ਬਣਦੀ ਹੈ ਕਿ ਜਿਹੜੀ ਜਿਹੜੇ ਬੰਦੇ ਨੇ ਉਹ ਚੀਜ਼ ਸਾਂਭੀ ਆ ਉਹਨੂੰ ਆਪਾਂ ਪ੍ਰਮੋਟ ਕਰਗੇ ਤਾਂ ਲਾਜ਼ਮੀ ਸਾਡੇ ਪ੍ਰੋਮੋਟਰ ਕੋਲ ਵੀ ਸੁਣ ਰਹੇ ਹੋਣ ਤਾਂ ਇਹਨਾਂ ਕਵਿਸ਼ਰਾਂ ਨੂੰ ਵੀ ਯਾਰ ਜ਼ਰੂਰੀ ਇੱਕ ਵਾਰੀ ਮਾਣ ਬਖਸ਼ੋ ਤੁਸੀਂ ਉਹਨਾਂ ਏਰੀਆ 'ਚ ਬਲਾਓ ਬਾਹਰ ਲਿਆ ਮੌਲਕਾਂ 'ਚ ਤਾਂ ਕਿ ਬੱਚਿਆਂ ਨੂੰ ਹੋਰਾਂ ਨੂੰ ਵੀ ਪਤਾ ਲੱਗੇ ਵੀ ਕਵਿਸ਼ਰੀ ਵੀ ਇੱਕ ਚੀਜ਼ ਆ ਇਹ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਦਾਤ ਆ ਨਾ ਬਾਈ ਜੀ ਬਹੁਤ ਸਾਡਾ ਢਾਡੀ ਹੋਏ ਕਵਿਸ਼ਰ ਹੋਏ ਸਾਡੇ ਸਮਾਜ ਦਾ ਸਾਡੀ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਵਾਲੇ ਬੰਦੇ ਨੇ ਇਹ ਤੇ ਦਰਸ਼ਕੋ ਕਿਵੇਂ ਦੀ ਲੱਗੀ ਸਾਡੀ ਇਹ ਵੀਡੀਓ ਸਾਨੂੰ ਲਾਜ਼ਮੀ ਦੱਸਿਓ ਤੇ ਆਖਰ ਤੇ ਬਾਈ ਜੀ ਕੋਈ ਸਨੇਹਾ ਦੇਣਾ ਚਾਹੁੰਦੇ ਹੋਵੋ ਸਾਡੇ ਵੀਰਾਂ ਨੂੰ ਹਾਂ ਅਸੀਂ ਇਹੀ ਸੁਨੇਹਾ ਦਿੰਨੇ ਆ ਜੀ ਵੀ ਵਿਰਸਾ ਜਿਹੜਾ ਇਹਨੂੰ ਸੰਭਾਲਣ ਦੀਆਂ ਗੱਲਾਂ ਤਾਂ ਹੁੰਦੀਆਂ ਨੇ ਪਰ ਸੰਭਾਲ ਲੈਣਾ ਇਹ ਬੱਸ ਦੀ ਗੱਲ ਨਹੀਂ ਕਿਉਂਕਿ ਜਦੋਂ ਇਹਨੂੰ ਸੰਭਾਲਦੇ ਆ ਤਾਂ ਸਾਡਾ ਬਹੁਤ ਸਾਰਾ ਸਮਾਂ ਜਿਹੜਾ ਉਹ ਇਸੇ ਨੂੰ ਸਮਰਪਿਤ ਹੋ ਜਾਂਦਾ ਸਾਡਾ ਹਰ ਇੱਕ ਕੰਮ ਤੰਦਾ ਇਸੇ ਨੂੰ ਸਮਰਪਿਤ ਹੋ ਜਾਂਦਾ ਹੁਣ ਅਸੀਂ ਤਿੰਨੋਂ ਭਰਾਗੇ ਭਾਵੇਂ ਆਪਦੀ ਨੌਕਰੀ ਵੀ ਕਰਦੇ ਆ ਨਾਲ ਨਾਲ ਪਰ ਸਾਡੀ ਕੋਸ਼ਿਸ਼ ਰਹੀ ਆ ਸਾਡੇ ਦਾਦਾ ਜੀ ਨੇ ਜਿਸ ਤਰ੍ਹਾਂ ਗੁਰਤੀ ਦਿੱਤੀ ਸੀ ਵੀ ਇਹ ਜਿਹੜਾ ਵਿਰਸਾ ਇਹਨੂੰ ਸੰਭਾਲਿਆ ਜਾਵੇ ਤੇ ਸਾਡਾ ਅਸੀਂ ਨਿਰਸਵਾਰਥ ਇਹਦੀ ਸੇਵਾ ਕਰ ਰਹੇ ਆ ਆਉਣ ਵਾਲੀ ਪੀੜ੍ਹੀ ਨੂੰ ਬੇਨਤੀ ਕਰਦੇ ਆ ਵੀ ਜੇ ਤੁਸੀਂ ਇਹਦੇ ਨਾਲ ਟੁੱਟ ਗਏ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਾਡਾ ਮੁਲਕ ਦੁਬਾਰਾ ਫੇਰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਜਾਊ ਕਿਉਂਕਿ ਆਪਦੇ ਵਿਰਸੇ ਨਾਲ ਟੁੱਟਿਆ ਅ ਰਸੂਲ ਹਮਜਤੋਬ ਜੀ ਕਹਿੰਦੇ ਨੇ ਵੀ ਜੇ ਕਿਸੇ ਨੂੰ ਵੱਧ ਦਵਾ ਦੇਣੀ ਆ ਤਾਂ ਉਹਨੂੰ ਕਹਿ ਦੋ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਜਿਹਨੂੰ ਆਪਦੀ ਮਾਂ ਬੋਲੀ ਭੁੱਲ ਗਈ ਉਹ ਅੰਨਿਆ ਵਾਂਗ ਤੁਰਿਆ ਫਿਰਦਾ ਸਮਾਜ ਚ ਸੋ ਬੇਨਤੀ ਆ ਸਾਰਿਆਂ ਨੂੰ ਵੀ ਆਪਦੀ ਮਾਂ ਬੋਲੀ ਨਾਲ ਜੁੜੋ ਤੇ ਇਹ ਵਿਰਸਾ ਜਿਹੜਾ ਸਾਡਾ ਕਵਿਸ਼ਰੀ ਆ ਖਾਸ ਕਰਕੇ ਇਹਨੂੰ ਸੰਭਾਲਣ ਦੀ ਲੋੜ ਆ ਇਹਨੂੰ ਸੰਭਾਲੋ ਤੇ ਸਾਡੀ ਕੋਸ਼ਿਸ਼ ਇਸੇ ਤਰ੍ਹਾਂ ਜਾਰੀ ਰਹੂਗੀ ਦੇਖੋ ਯਕੀਨਨ ਹਨਾ ਖੂਨ ਦੇ ਵਿੱਚ ਗਰਮੀ ਤਾਂ ਸਾਰਿਆਂ ਚ ਹੀ ਹੁੰਦੀ ਆ ਪਰ ਉਹਨੂੰ ਜਗਾਉਣ ਦਾ ਕੰਮ ਕਵੀ ਤੇ ਕਵਿਸ਼ਰ ਕਰਦੇ ਆ ਹਾਂ ਨਾ ਬਿਲਕੁਲ ਬਿਲਕੁਲ ਕਿਉਂਕਿ ਕਵਿਸ਼ਰੀ ਬਣੀ ਹੋਈ ਇਸੇ ਕਰਕੇ ਸੀ ਕਿ ਮੁਰਦਿਆਂ ਦੇ ਵਿੱਚ ਵੀ ਜਾਨ ਪੈ ਜਾਏ ਤੇ ਉਹ ਸਵਾਲ ਸਵਾਲ ਲੱਖ ਨਾਲ ਲੜਤੀ ਲਾ ਜਾਣਾ ਸੋ ਦਰਸ਼ਕੋ ਧੰਨਵਾਦ ਤੁਹਾਡਾ ਬਾਈ ਜੀ ਤੁਹਾਡਾ ਵੀ ਧੰਨਵਾਦ ਸਭ ਸਮਾਂ ਦਿੱਤਾ ਥੈਂਕ ਯੂ